ये मेरे जिन्ने भी इधर भरा खड़े ने, मेरे बुजुर्ग बाबे खड़े ने, सारे अगे आके बैठ जाओ। इधर भी मेरे वीर ते मेरिया माइया खड़ी ने, दरिया तुहाडे लई लाईआं गईआं ने, तुसीं इत्थे आके बैठो ते सारे दे विचार सुनो। मेरे तो बाद मेरा वीर लखा सिधाणा भी बोलेगा, बस वह पहुंचण वाले ने। सो सारिआं नूं बेनती आके बैठो जी जरूर। सिंघां दी देख भी फतेह ते सिंघां दी तेग भी फतेह, सिंघां दे तख्त भी फतेह, सिंघां दे रक्त भी फतेह, सिंघां दी रात भी फतेह ते सिंघां दी प्रभात भी फतेह, सिंघां दी जंग भी फतेह, जंगां दा शोर भी फतेह, सिंघां दी सरहद भी फतेह ते चमकौर भी फतेह, सिंघां दे पलारे भी फतेह ते सिंघां दे जकारे भी फतेह। सो जमीन तो लैके आसमान तक गूंजे फतेह ही फतेह, कहंदे ने जिहदी जुबान ते फतेह ते उहदी जहान ते फतेह। सो गज के फतेह दी सांझ पाईए, वाहेगुरु जी का खालसा वाहेगुरु जी की फतेह। आवाज निकली नहीं, मैनू लगदा रोटी नहीं खाधी। मैं क्या सीगा के जिहदी जुबान ते फतेह ते उहदी जहान ते फतेह। सो इक वार फिर तो फतेह दी सांझ पाउंदे आ, वाहेगुरु जी का खालसा फतेह। सो जो विचार मैं रखने से मेनू लगता है कुछ बोलन दे लिए बचिया नहीं। मेरे तो पहले जिन्हें भी बुलारे बोल के गए ने, जिन्हें आज साडे पंजाब दे मुद्दे ने, जो गल्लां ने, वो सारियां तुहाडे नाल सांझियां कर चुके ने। पर फिर भी मैं अपने कुछ क विचार, क्योंकि समा भी बहुत ज्यादा हो गया, तुसी सारे बैठे बैठे भी अक गए हो, बहुत सीमित जे समय दे विच तुहाडे नाल सांझे करांगी। सब तो पहला ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਵੀਰ ਲੱਖੇ ਸਿਧਾਣੇ ਨਾਲ ਕਿਸਾਨਾਂ ਦੀ ਪਾਰਟੀ ਦੇ ਨਾਲ ਚੱਲਣ ਦਾ ਕਿਉਂ ਫੈਸਲਾ ਲਿਆ, ਉਹਨਾਂ ਦਾ ਸਾਥ ਦੇਣ ਦਾ ਫੈਸਲਾ ਕਿਉਂ ਲਿਆ। ਭਰਾਵੋ ਭੈਣੋ, ਅਕਾਲੀ ਦਲ ਕਿੱਥੋਂ ਚੱਲੂਗਾ? ਦਿੱਲੀਓਂ। ਕਾਂਗਰਸ ਕਿੱਥੋਂ ਚੱਲੂਗੀ? ਦਿੱਲੀਓਂ। ਬੀਜੇਪੀ ਕਿੱਥੋਂ ਚੱਲੂਗੀ? ਦਿੱਲੀਓਂ। ਆ ਝਾੜੂ ਪੋਚਾ ਪਾਰਟੀ ਕਿੱਥੋਂ ਚੱਲੂਗੀ? ਦਿੱਲੀਓਂ। ਤੇ ਨਵਜੋਤ ਕੌਰ ਲੰਬੀ ਕਿੱਥੋਂ ਚੱਲੂਗੀ? ਪੰਜਾਬ ਤੋਂ। ਲੱਖਾ ਸਿਧਾਣਾ ਕਿੱਥੋਂ ਚੱਲੂਗਾ? ਪੰਜਾਬ ਤੋਂ। ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਕਿੱਥੋਂ ਚੱਲਣਗੇ? ਪੰਜਾਬ ਤੋਂ। ਸਾਡੀ ਕਿਸਾਨ ਪਾਰਟੀ ਕਿੱਥੋਂ ਚੱਲੂਗੀ? ਪੰਜਾਬ ਤੋਂ। ਤੇ ਜਿਹੜੇ ਹੋਰ ਇੱਕੜ ਦੁੱਕੜ ਬਣੇ ਫਿਰਦੇ ਆ ਨਾ, ਪੰਜਾਬ ਦੇ ਰਾਖੇ, ਪਾਣੀਆਂ ਦੇ ਰਾਖੇ, ਪੰਜਾਬ ਦੀ ਮਿੱਟੀ ਦੇ ਰਾਖੇ, ਇਹ ਕਿੱਥੋਂ ਚੱਲਣਗੇ? ਉਸ ਦਿੱਲੀਓਂ। ਕੈਪਟਨ ਅਮਰਿੰਦਰ ਕਿੱਥੋਂ ਚੱਲੂ? ਦਿੱਲੀਓਂ। ਸੁਖਬੀਰ ਬਾਦਲ ਕਿੱਥੋਂ ਚੱਲੂ? ਦਿੱਲੀਓਂ। ਆ ਪਾਣੀਆਂ ਦੇ ਰਾਖੇ ਬੈਂਸ ਬ੍ਰਦਰਸ ਕਿੱਥੋਂ ਚੱਲਣਗੇ? ਦਿੱਲੀਓਂ। ਆ ਇਨਕਲਾਬ ਵਾਲਾ ਭਗਵੰਤ ਮਾਨ ਕਿੱਥੋਂ ਚੱਲੂ? ਦਿੱਲੀਓਂ। ਤੇ ਇਸ ਵਾਰ ਫੈਸਲਾ ਤੁਸੀਂ ਕਰਨਾ ਹੈ ਸਾਰਿਆਂ ਨੇ, ਕਿ ਤੁਸੀਂ ਦਿੱਲੀ ਦੇ ਨਾਲ ਚੱਲਣਾ ਹੈ ਜਾਂ ਪੰਜਾਬ ਦੇ ਨਾਲ। ਇਹ ਉਹ ਦਿੱਲੀ ਹੈ ਜਿਹਨੇ ਪੰਜਾਬ ਨੂੰ ਬਰਬਾਦ ਕਰਤਾ, ਪੰਜਾਬ ਨੂੰ ਲੁੱਟਿਆ, ਪੰਜਾਬ ਨੂੰ ਕੁੱਟਿਆ, ਪੰਜਾਬ ਤੋਂ ਪੰਜਾਬ ਦੇ ਹੱਕ ਖੋਏ, ਸਾਡੇ ਪਾਣੀ ਸਾਥੋਂ ਖੋਏ, ਸਾਡੇ ਪੰਜਾਬੀ ਬੋਲਦੇ ਇਲਾਕੇ ਸਾਥੋਂ ਖੋਏ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਸਾਡੀਆਂ ਪੱਗਾਂ ਰੋਲੀਆਂ, ਸਾਡੀਆਂ ਜਵਾਨੀਆਂ ਨੂੰ ਇਹਨਾਂ ਨੇ ਨਸ਼ੇ ਤੇ ਲਾਤਾ, ਸਾਡੀਆਂ ਕਿਸਾਨੀਆਂ ਨੂੰ ਬਰਬਾਦ ਕਰਤਾ, ਸਾਡੇ ਸੱਭਿਆਚਾਰ, ਸਾਡੀ ਵਿਰਾਸਤ, ਸਾਡੇ ਵਿਰਸੇ, ਸਾਡੇ ਕਲਚਰ ਨੂੰ ਖਤਮ ਕਰਨ ਦੀਆਂ ਜੇ ਸਾਜ਼ਿਸ਼ਾਂ ਚੱਲ ਰਹੀ ਹੈ, ਸਾਡੀ ਕਿਸਾਨੀ ਨੂੰ ਖਤਮ ਕਰਨ ਦੇ ਲਈ ਸਾਜ਼ਿਸ਼ਾਂ ਦੇ ਤਹਿਤ ਇਹ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਭਰਾਵੋ। ਲਗਭਗ ਇੱਕ ਸਾਲ ਤੱਕ ਸਾਡੇ ਕਿਸਾਨ ਵੀਰ, ਪੂਰੇ ਪੰਜਾਬ ਦੇ ਵਿੱਚੋਂ ਸਾਡੇ ਮਜ਼ਦੂਰ ਭਰਾ ਉੱਥੇ ਦਿੱਲੀ ਦਰਬਾਰ ਦੀਆਂ ਸੜਕਾਂ ਤੇ ਬੈਠੇ ਰਹੇ। ਨਾ ਗਰਮੀ ਦੇਖੀ, ਨਾ ਸਰਦੀ ਦੇਖੀ, ਨਾ ਧੁੱਪ ਦੇਖੀ, ਨਾ ਰਾਤ ਦੇਖੀ। ਨਿੱਕੇ ਨਿੱਕੇ ਬੱਚੇ ਵੀ ਸੀ ਉਹਨਾਂ ਦੇ ਵਿੱਚ, ਸਾਡੇ ਬਜ਼ੁਰਗ ਤਾਂ ਸੀ, ਸਾਡੇ ਨੌਜਵਾਨ ਵੀ ਸੀ, ਪਰ ਨਿੱਕੇ ਨਿੱਕੇ ਬੱਚੇ ਵੀ ਉਹਨਾਂ ਸੜਕਾਂ ਤੇ ਰਾਤਾਂ ਕੱਟ ਕੇ ਆਏ ਆ ਭਰਾਵੋ। ਸਾਡੇ 700 ਭਰਾ, ਸਾਡੇ ਕਿਸਾਨ ਬੀਬੀਆਂ ਉੱਥੇ ਸ਼ਹੀਦ ਹੋ ਗਈਆਂ। ਇਹ ਦੇਣ ਇਸ ਦਿੱਲੀ ਹਕੂਮਤ ਦੀ ਸਾਨੂੰ, ਤੇ ਇਹਦੇ ਵਿੱਚ ਕਸੂਰਵਾਰ ਕੱਲੀ ਬੀਜੇਪੀ ਨਹੀਂ ਭਰਾਵੋ, ਇਹਦੇ ਵਿੱਚ ਕਸੂਰਵਾਰ, ਸਭ ਤੋਂ ਪਹਿਲਾਂ ਕਸੂਰਵਾਰ ਨੇ ਸਾਡੇ ਪੰਜਾਬ ਦੀ ਸੱਤਾ ਤੇ ਕਾਬਜ ਰਹਿਣ ਵਾਲੇ ਲੀਡਰ, ਜਦੋਂ ਦਾ 1966 ਤੋਂ ਬਾਅਦ ਪੰਜਾਬ ਇੱਕ ਵੱਖ ਸੂਬਾ ਬਣਿਆ ਨਾ, ਉਦੋਂ ਦੇ ਜਿੰਨੇ ਲੀਡਰ ਪੰਜਾਬ ਦੀ ਸੱਤਾ ਤੇ ਕਾਬਜ ਰਹੇ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਤੇ ਚਾਹੇ ਕਾਂਗਰਸ ਹੈ, ਇਹ ਸਾਰੇ ਕਸੂਰਵਾਰ ਨੇ। ਕੈਪਟਨ ਅਮਰਿੰਦਰ ਨੇ ਵੀ ਉਹਨਾਂ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ। ਸ਼੍ਰੋਮਣੀ ਅਕਾਲੀ ਦਲ ਬਾਦਲ
उन्होंने भी उन्हें तीन काले कानूनों चंगा कहा। अरविंद केजरीवाल झाड़ू वाले ने दिल्ली के विच कानून लागू करते, वह तो जो किसान ने विरोध किया तो उसे जाके धरना दिता, उस तो बाद इन्हों रद्द करने पे। जे पहला ही उन्होंने बिलों का समर्थन ना कर देना तो सानू दिल्ली ना जाना पैंदा। साढ़े 700 किसान भरावां साडियां किसान बीबिया दियां शहादतां ना हुंदियां, एक कातल ने साडे किसानां दे, ते हुण असी सोचना है असी पंजाब दे नाल खड़ना जां इस दिल्ली दे नाल। मैनू नहीं लगता कि मैं साडे पंजाब दे नाल गद्दारी कर सकदी हां, मैं पंजाब दे नाल खड़ी हाँ, मैं अपनी मिट्टी दे नाल खड़ी हाँ, मैं इस मिट्टी दे विचों जन्मी हाँ। 70 साल हो गए साडे देश नूं आजाद होए नूं, साडे शहीदां ने की सुपना देखिया सी कि उन्हां दा पंजाब बहुत सोहना होवे, बहुत खूबसूरत होवे, पंजाब दे लोकां दे कोल चंगी आमदन दा साधन होवे, पर 70 सालां दे विच साडे बजुर्गां दे साडे मजदूरां दे खेतां दे विच कम कर करके ढूकणे कुब्बे हो गए, हत्थां दीआं उंगलां दे पट्टे तक कस गए, पर साडे घरां दे हालात नहीं बदले। क्योंकि हाल दसा सरदार तेरे पिंड दा, लोहा कुटी जा रहा है लोहार तेरे पिंड दा, नथू गंडे जुत्तियां च मार तेरे पिंड दा, धर्म दे नां ते वंडता इंसान तेरे पिंड दा, कख भी नहीं बदलिया सरदार तेरे पिंड दा, कख भी नहीं बदलिया सरदार तेरे पिंड दा। जिस देश दे एक पिंड दा 70 सालां दे विच कख भी ना बदलिया होवे ना, ਉੱਥੇ ਸਾਡੇ ਯੋਧਿਆਂ ਦੀਆਂ ਸਿਰਲੱਥ ਕੁਰਬਾਨੀਆਂ ਦੀ ਕੀ ਕਦਰ ਪੈ ਸਕਦੀ ਹੈ। ਇਹਨਾਂ ਸਰਕਾਰਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਸਾਨੂੰ ਸਿਰਫ ਗਲੀਆਂ ਨਾਲੀਆਂ ਤੱਕ ਸੀਮਿਤ ਕਰਕੇ ਰੱਖਿਆ ਹੋਇਆ ਹੈ। ਤੁਸੀਂ ਮੇਰੀਆਂ ਬੀਬੀਆਂ ਬੈਠੀਆਂ, ਮੇਰੇ ਪਿੱਛੇ ਭਰਾ ਖੜੇ ਹੈ, ਅਤੇ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦਿਆਂ ਦੇ ਵਿੱਚ ਕੀ ਕਹਿੰਦੇ ਨੇ ਕਿ ਅਸੀਂ 1000 ਰੁਪਇਆ ਮਹੀਨਾ ਦੇਵਾਂਗੇ, ਅਸੀਂ 2000 ਰੁਪਇਆ ਮਹੀਨਾ ਦੇਵਾਂਗੇ, ਅਸੀਂ ਬੱਸਾਂ ਦਾ ਸਫ਼ਰ ਮੁਫ਼ਤ ਕਰਾਂਗੇ। ਤੁਹਾਡੇ ਚੋਂ ਮੈਨੂੰ ਇੱਕ ਜਾਣਾ ਜਾ ਕੇ ਦੱਸ ਦਿਓ ਜਿਹਨੇ ਧਰਨਾ ਲਾਇਆ ਹੋਵੇ ਵੀ ਮੈਨੂੰ 1000 ਰੁਪਇਆ ਚਾਹੀਦਾ ਮਹੀਨਾ। ਤੁਹਾਡੇ ਚੋਂ ਕਿਸੇ ਨੇ ਕਿਹਾ ਵੀ ਮੈਨੂੰ ਬੱਸ ਦਾ ਕਿਰਾਇਆ ਮੁਫ਼ਤ ਚਾਹੀਦਾ, ਕਿਸੇ ਨੇ ਕਿਹਾ ਕਿ ਮੈਨੂੰ 2000 ਰੁਪਇਆ ਦਿਓ, ਕਿਸੇ ਨੇ ਕਿਹਾ ਕਿ ਮੈਨੂੰ ਆਟਾ ਦਾਲ ਦਿਓ। ਤੁਸੀਂ ਕੀ ਮੰਗਦੇ ਹੋ? ਸਾਡੇ ਬੱਚੇ ਪੜ੍ਹਨ ਲਿਖਣ, ਸਾਡੇ ਬੱਚਿਆਂ ਕੋਲ ਰੁਜ਼ਗਾਰ ਹੋਵੇ, ਜੇਕਰ ਉਹ ਮਹੀਨੇ ਦਾ 30 ਤੋਂ 40 ਹਜ਼ਾਰ ਰੁਪਇਆ ਕਮਾ ਰਹੇ ਹੈ ਨਾ, ਉਹ ਨਸ਼ਾ ਨਹੀਂ ਕਰ ਰਹੇ ਗੇ, ਤਾਂ ਅਸੀਂ ਖੁਦ ਆਪਦਾ ਆਟਾ ਦਾਲ ਖਰੀਦ ਸਕਦੇ ਹਾਂ, ਅਸੀਂ ਬਿੱਲ ਭਰ ਸਕਦੇ ਹਾਂ। ਸਾਨੂੰ 1000 ਰੁਪਏ, ਸਾਨੂੰ 2000 ਰੁਪਏ ਦੀ ਕੋਈ ਜ਼ਰੂਰਤ ਨਹੀਂ। ਸਾਜ਼ਿਸ਼ਾਂ ਦੇ ਨਾਲ ਅੱਜ ਇਹਨਾਂ ਨੇ ਸਾਡੇ ਬੱਚੇ, ਸਾਡੇ ਨੌਜਵਾਨ ਮੁੰਡੇ ਜੋ ਘਰ ਦੇ ਵਿੱਚ ਆਮਦਨ ਦਾ ਸਾਧਨ ਨੇ, ਉਹ ਨਸ਼ੇ ਤੇ ਲਾ ਕੇ ਰੱਖੇ ਹੋਏ ਨੇ। ਸਾਡੀ ਮਜਬੂਰੀ ਬਣਾਤੀ ਇਹਨਾਂ ਨੇ 1000-2000 ਰੁਪਇਆ ਲੈਣਾ। ਕੀ ਚਾਹੁੰਦੇ ਹਾਂ ਅਸੀਂ? ਸਾਡੇ ਕੋਲ ਵਧੀਆ ਸਕੂਲ ਹੋਣ, ਸਾਡੇ ਬੱਚੇ, ਖਾਸ ਕਰਕੇ ਤੁਸੀਂ, ਮੈਂ ਤੁਹਾਡੀ ਗੱਲ ਕਰਾਂ, ਆਪਾਂ ਕੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣ, ਰੁਜ਼ਗਾਰ ਤੇ ਹੋਣ, ਵਧੀਆ ਉਹਨਾਂ ਦੇ ਕੋਲ ਨੌਕਰੀਆਂ ਹੋਣ, ਪਰ ਇਹਨਾਂ ਨੇ ਸਾਨੂੰ ਵਧੀਆ ਸਕੂਲ ਨਹੀਂ ਦਿੱਤੇ। ਇਹਨਾਂ ਦੇ ਆਪ ਦੇ ਬੱਚੇ ਪ੍ਰਾਈਵੇਟ ਮਹਿੰਗੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਸਾਡੇ ਕੋਲ ਇਲਾਜ ਕਰਵਾਉਣ ਦੇ ਲਈ ਵਧੀਆ ਹਸਪਤਾਲ ਨਹੀਂ ਗੇ। ਇੰਨੇ ਮਾੜੇ ਹਾਲਾਤ ਕਰਕੇ ਇਹਨਾਂ ਨੇ ਹਸਪਤਾਲ ਦੇ ਕਿ ਅੱਜ ਉਹਨਾਂ ਹਸਪਤਾਲਾਂ ਦਾ ਖੁਦ ਇਲਾਜ ਕਰਵਾਉਣ ਵਾਲਾ ਹੋਇਆ ਪਿਆ। ਮਹਿੰਗੇ ਹਸਪਤਾਲਾਂ ਦੇ ਵਿੱਚ ਜਾਂਦੇ ਆ, 1-2 ਲੱਖ ਰੁਪਏ ਦਾ ਬਿੱਲ ਬਣਾ ਕੇ ਧਰ ਦਿੰਦੇ, ਇੱਕ ਗਰੀਬ, ਇੱਕ ਆਮ ਸਧਾਰਨ ਜ਼ਿਮੀਦਾਰ ਬੰਦਾ ਉਹ ਕਿੱਥੋਂ ਬਿੱਲ ਭਰ ਸਕਦਾ ਹੈਗਾ? ਸਾਡੇ ਪੰਜਾਬ ਦੇ ਪਾਣੀ ਇਹਨਾਂ ਨੇ ਦੂਸ਼ਿਤ ਕਰਕੇ ਰੱਖਦੇ, ਸਭ ਤੋਂ ਵੱਧ ਕੈਂਸਰ ਤੇ ਗੁਰਦਿਆਂ ਦੀਆਂ ਬਿਮਾਰੀਆਂ ਆਪਣੇ ਏਰੀਏ ਦੇ ਵਿੱਚ ਨੇ, ਮਾਨਸਾ, ਬਠਿੰਡਾ, ਮੁਕਤਸਰ। ਬਠਿੰਡੇ ਤੋਂ ਇੱਕ ਟ੍ਰੇਨ ਚੱਲਦੀ ਹੈ, ਕੈਂਸਰ ਟ੍ਰੇਨ, ਜਿਸ ਦੇ ਵਿੱਚ ਸਾਰੇ ਦੇ ਸਾਰੇ ਕੈਂਸਰ ਦੇ ਮਰੀਜ਼ ਜਾਂਦੇ ਨੇ। ਇਹ ਦੇਣਾ ਇਹਨਾਂ ਦੀ ਸਾਨੂੰ, ਤੇ ਗੱਲਾਂ ਕੀ ਕਰਦੇ ਨੇ? ਅਸੀਂ ਪੰਜਾਬ ਨੂੰ ਬਚਾਵਾਂਗੇ, ਅਸੀਂ ਪੰਜਾਬ ਨੂੰ ਬਚਾਵਾਂਗੇ, ਅਸੀਂ ਪੰਜਾਬ ਨੂੰ ਬਚਾਵਾਂਗੇ। ਦੇਖ ਲਿਆ ਆਪਾਂ ਇਹਨਾਂ ਨੇ ਕਿੰਨਾ ਕੁ ਸਾਡੇ ਬਾਰੇ ਸੋਚਿਆ, ਤੇ ਕਿੰਨਾ ਕਿੰਨਾ ਨੇ ਸਾਡੇ ਪੰਜਾਬ ਨੂੰ ਬਚਾਇਆ। ਇਹ ਸਿਰਫ ਆਪਣੇ ਘਰ ਭਰਨੇ ਜਾਂਦੇ ਨੇ ਭਰਾਵੋ, ਆਪਣੇ ਘਰ ਸਾਡੇ ਤੋਂ ਖੋ ਕੇ ਭਰਨਾ ਜਾਂਦੇ ਨੇ। ਸੋ ਹੁਣ ਸੋਚਣ ਦਾ ਵੇਲਾ ਕਿ ਅਸੀਂ ਕਿੰਨਾ ਦੇ ਨਾਲ ਚੱਲਣਾ। ਅਸੀਂ ਆਪਦੇ ਪੰਜਾਬ ਨੂੰ ਬਚਾਉਣਾ, ਅਸੀਂ ਪੰਜਾਬ ਦੀ ਜਵਾਨੀ ਨੂੰ, ਕਿਸਾਨੀ ਨੂੰ, ਆਪਦੇ ਬੱਚਿਆਂ ਨੂੰ ਬਚਾਉਣਾ, ਅਸੀਂ ਆਪਦੇ ਬੱਚਿਆਂ ਨੂੰ ਰੁਜ਼ਗਾਰ ਦੇਣਾ, ਨਾ ਕਿ ਨਸ਼ਿਆਂ ਤੇ ਲਾਉਣਾ। ਸੋ ਇਸ ਵਾਰ ਜੋ ਵੀ ਵੋਟ ਪਾਈ ਜਾਵੇ, ਬਹੁਤ ਸੋਚ ਸਮਝ ਕੇ ਪਾਈ ਜਾਵੇ। ਬਹੁਤ ਸਾਰੀਆਂ ਪਾਰਟੀਆਂ ਇਸ ਵਾਰ ਮੈਦਾਨ ਦੇ ਵਿੱਚ ਨੇ, ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ, ਬਾਦਲ ਤੇ ਕਾਂਗਰਸ,
इन्हां ने तां खुद ही एक दूजे नूं चोर कह कह के ठग कह कह के भ्रिष्टाचार कह कह के साबित करता कि असी तां पंजाब दे लायक ही नहीं है। इन्हां दियां जो कारोजगारी पंजाब दे विच रही है मैं की दसा, तुसी सारे मेरे तो वड्डे हो, तुसी बहुत चंगी तरह जानते हो। इन्हां ने सानू अज साडी कौम दे कोल रुजगार नहीं है, साडे बच्चे अज विदेशां दे विच जाण दे लई मजबूर हो गए। ते उपरों की कहिंदे ने असी विदेशां दे विच जाण दे लई मुफ्त दे विच आयल्स करवावांगे, असी ब्याज तो मुफ्त कर्जा देवांगे कि वो विदेशां दे विच जा सकन। इह हालात करके रखते इन्हां ने साडे पंजाब दे। सो साडे दरमियान तुहाडे मोर हलके दे उम्मीदवार वीर लखा सिधाणा पहुंच चुके ने, सो जोरदार ताड़ियां दे नाल उन्हां दा स्वागत किया जाए। मेरे तो बाद मेरा वीर भी अपने विचार तुहाडे नाल सांझे करेगा। इन्हां दी जो देन है साडे पंजाब दे लई मैनू लगदा मैनू दसण दी लोड़ नहीं, तुसी सारे बहुत चंगी तरह जानदे हो। सब तो जवानी नशिया दे नाल मर रही सी, तां पंजाब दे विच मरो या विरोध करो हफ्ते की अगवाई इन्हां ने की थी। उस तो बाद गल करते हैं साड़ी सब तो वड्डी लड़ाई ते जिस दे विच साड़ी सब तो वड्डी इतिहासिक जित हुई, साड़ा किसानी अंदोलन। इन्हां ने पिंडां दे विच जा के नौजवानां नूं जागरूक किया, किसानी अंदोलन दे विच जाण दे लई जागरूक किया। सो अपना फर्ज बनता है कि आपां इस बार जरूर इन्हां दा साथ दईए। वीरे बैठ जाओ, भाई उरी आ रहा कंटिन्यू है ना, लगातार चलो स्पीच है ते भाई उरू बोलना शुरू करता। वीर बन के जेडे इधर उधर खड़े ने तो बैठ जाओ जिथे जिथे पहला बैठे सी। बाकी दो पार्टियां दा तां मैं तुहानूं दस ही चुकी हां, श्रोमणी अकाली दल बादल ते कांग्रेस। उस तो बाद रह गई आम आदमी पार्टी, झाड़ू पोचा पार्टी, केजरीवाल दी पार्टी। पिछली बार पार्टी पंजाब दे विच आई तां आपां लोकां ने बड़ा मौका दिता, देखो पिछे लिखा होया एक मौका केजरीवाल नूं। आपां मौका भी दिता पर ओह मौका इन्हां तों सांभिया नहीं गया। साडे पंजाब दे लोक जिन्हां ने हद तोड़वी मेहनत कीती, जिन्हां ने मेहनत दे नाल एक एक रुपया कमाया, इन्हां ने हजारां करोड़ां रुपया पंजाबियां दा खा के डकार भी नहीं मारिया। भैणों ते भरावो इन्हां ने साडे पंजाब नूं लुट्टिया, साडी मेहनत दा मुल नहीं पाया गा। जिन्ने लोक इस पार्टी दे विच कम करदे रहे इन्हां ने किसे दी कदर नहीं पाई। अज मैनूं लगदा इत्थे जिन्नी भी टीम खड़ी है ना लखे सिधाणे बाई दे नाल, इह सारिआं ने पहलां आम आदमी पार्टी दे लई कम कीता सी। पर जो उम्मीदां पंजाब दे लोकां ने इस पार्टी तों लाईआं सी, जो उम्मीदां नौजवानां ने उस पार्टी तों लाईआं सी कि शायद ओह पार्टी साडे पंजाब दे बच्चिआं नूं वधिया भविख देवेगी, ओह नहीं दे सकी। सो मैं तां अपील करदी हां कि इस वार लड़ाई साडे वजूद दी है। मैं बेनती करदी हां सब तों पहलां तां सारे मेरे भरावां नूं कि बैठ जाओ, ताकि जो थोड़े पिछे मेरिया बीबियां खड़िया ने घर दे विचों देख रही ने उन्होंने भी सारा दिख जाए। इधर भी मैं सामने भी बेनती कर दी जी सारे बैठ जो। सो इस बार लड़ाई साडे वजूद दी है, साडी होंद नूं बचाउण दी है, साडे पंजाब नूं बचाउण दी है, साडी मिट्टी नूं बचाउण दी है ते साडी पंजाबीयत नूं बचाउण दी है। इस बार अपना फर्ज बनदा है कि आपां वधिया आगू चुनीए जो साडे हक दे विच खड़नगे, जिथे साडे नाल धक्का होऊगा उथे साडे लई इन्हां सरकारां दे नाल लड़नगे भी। सो इस बार मैं बेनती करदी हां कि तुसी वीर लखे सिधाणे दा साथ दिओ ते तुहाडे हलके दा विकास करो, तुहाडे हलके दे विचों नशा खत्म करो, तुहाडे बच्चिआं नूं वधिया भविख मिल सके। इन्हां सरकारां ने जो दूजियां पार्टियां ने इन्हां ने कदे साडा साथ नहीं दिता, इह कदे साडे नाल नहीं खड़े भरावो। ਤਾਂ ਮੈਨੂੰ ਦੋ ਲਾਈਨਾਂ ਯਾਦ ਆਉਂਦੀਆਂ ਨੇ ਕਿ ਇਹ ਬੰਦਰਾਂ ਵਾਂਗ ਸਮਝਦੇ ਨੇ ਆ ਗੱਭਰੂ ਹੋਏ ਜਵਾਨਾਂ ਨੂੰ, ਇਹ ਦੇਸ਼ ਧਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਕਿਸਾਨਾਂ ਨੂੰ। ਅਸੀਂ ਅੱਕ ਚੁੱਕੇ ਹਾਂ, ਥੱਕ ਚੁੱਕੇ ਹਾਂ ਤੇਰੇ ਵੇਖ ਵੇਖ ਕੇ ਤਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰੇ ਨੀ। ਸੋ ਇਸ ਵਾਰ
किसानां दी पार्टी वालों मजदूरां दी पार्टी दे वालों तुहानू उम्मीदवार मिले ने वीर लखा सिदाणा। सो आओ सारे इकट्ठे होके इन्हां दा साथ दईए ते बहुत ज्यादा वोटां दे नाल इन्हां नू मौर हल्के तो जिता के भेजिए ते मौर हल्के दी नुहार बदलीए। इन्ने ही शब्दां दे नाल तुहाडा सब दा बहुत बहुत धन्नवाद। अखीर दे विच तिन नारे लावांगी, जरूर हाथ खड़े करके साथ दिओ। किसान मजदूर एकता, एनर्जी नहीं है। जे मैं किसी राजनीतिक पार्टी दे नाम दा नारा लाया हुंदा ना तो दोवें हाथ खड़े कर करके जवाब देना सीगा। फिर सारयां दा सांझा नारा है, जरूर साथ दिओ। मेरियां भैणां कोठे ते खड़ियां ने, उन्हां नूं वी बेनती है जरूर नारे दा साथ दिओ। इधर वी खड़ियां ने, किसान मजदूर एकता, किसान मजदूर एकता, किसान मजदूर एकता। बहुत बहुत धन्यवाद। वाहेगुरु जी का खालसा, वाहेगुरु जी की फतेह।